ਸਾਢੇ ਸੱਤ ਵਜੇ ਦਾ ਇਹਨਾਂ ਦੋਵਾਂ ਦਾ ਮੁਕਾਬਲਾ ਕਰਾਉਣਾ ਆਪਾਂ ਕਿਸੇ ਦਿਨ ਦਾਲ ਨਾ ਮਿਲਦੀ ਤੇ ਮੈਨੂੰ ਪਨੀਰ ਨਾ ਮਿਲਦੀ ਯਾਰ ਹੋਇਆ ਤੂੰ ਮੇਰੇ ਕੋਲ ਆ ਸਿਟੀ ਦਾ ਕੋਈ ਰੋਟੀ ਦਾ ਕਹਦਾ ਵਾ ਡਰਾਈਵਰ ਤੈਨੂੰ ਵੀ ਗੱਲ ਕਹੀ ਸੀ ਤੁਹਾਡਾ ਨਿਕਾ ਜੇ ਕੁੱਤਾ ਛਾਲਾਂ ਕਿਦਾਂ ਮਾਰਦਾ ਕਰਦਾ ਕੁਝ ਨਹੀਂ ਉਹ ਹੁਣਾ ਹੀ ਪੇਚਾ ਤੇਰੇ ਨਾਲ ਕਿਸੇ ਦਿਨ ਤਗੜਾ ਆ ਜਾ 4x4 ਕਰ ਲੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਵੀ ਮਿੱਤਰਾ ਅੱਜ ਦੇ ਦਿਨ ਦੇ ਅਜੇ ਵਲੋਗ ਦੀ ਕਰਤੀ ਸ਼ੁਰੂਆਤ ਮੁੰਡਿਆਂ ਨੇ ਇਹ ਕਹਿੰਦੇ ਮੁੰਡੇ ਕਾਹਨੂੰ ਗੱਲਾਂ ਕਰਾਏ ਰਾਤੀ ਸਾਡੀ ਡੀਲ ਡਨ ਹੋਈ ਸੀ ਵਈ ਨੂੰ ਚੁੱਪ ਕਰਾ ਓਏ ਉਹ ਚੁੱਪ ਕਰ ਜਾ ਆਪਣੇ ਬੰਦੇ ਮਾਮਾ ਰੋਜ਼ ਆਉਂਦੇ ਤੇ ਕੋਈ ਪਛਾਣੇ ਨਹੀਂ ਜਾਣਦੇ ਇਹ ਮਿਸਟਰ ਨੂੰ ਪਈ ਜਾਂਦਾ ਆ ਅੱਛਾ ਲੇਟ ਆਏ ਯਾਰ ਦੀ ਦਬਕੇ ਮਾਰਦਾ ਇਹਨਾਂ ਦਾ ਬਣਦਾ ਤਾਂ ਪੈਸੇ ਦੇਣੇ ਭਾਈ ਹੈਂ ਤੇ ਗੱਲ ਇੱਦਾਂ ਸ਼ਾਮੀ ਡੀਲ ਡਨ ਹੋਈ ਸੀ ਸਾਡੀ ਡੀਲ ਕਹਦੀ ਸੀ ਕਿ ਸਵੇਰੇ ਟਾਈਮ ਸਿਰ ਜਿਹੜਾ ਨਹਾ ਧੋ ਕੇ ਆਜੂਗਾ ਉਹ ਸਾਡੇ ਨਾਲ ਚੱਲ ਜੂਗਾ ਬੰਦੇ ਦੋ ਹੀ ਲੱਭੇ ਜਿਵੇਂ ਮੈਂ ਤੇਰਾ ਬੱਲਾ ਬੱਲਾ ਆਈ ਵੀ ਮੰਨੇ ਨਾਲੇ ਪਰਨਾ ਸਜਾ ਲਿਆ ਮੈਂ ਨਾ ਕਾਹਨੂੰ ਗੱਲਾਂ ਕਰਾ ਲਈਆਂ ਤੇ ਨਾਲ ਨਾਲ ਬਾਬਾ ਬੋੜ ਬਾਬਾ ਬੋੜ ਇਹ ਹਾਈ ਸਟੇ ਲਵੀ ਮੇਰੀ ਉਮਰੀ 16 ਸਾਲ ਆ ਹਜੇ ਮੈਂ ਕੱਚਾ ਜਿਹਾ ਹਾਂ ਹੈਗਾ ਬਾਬਾ ਬੋੜ ਹੈ ਬੋੜ ਬਣ ਜੂਗਾ ਕੋਈ ਨੀ ਉਹ ਚੱਲੋ ਬਾਹਰ ਇੱਕ ਕਮਰੇ ਤੇਰਾ ਕੋਈ ਕੰਮ ਨਹੀਂ ਹੈ ਦੋ ਐਂਟਰੀ ਤੇਰੀ ਇਧਰ ਨੋ ਐਂਟਰੀ ਤੂੰ ਸਾਲਾ ਮਤਲਬ ਹੀ ਆ ਬਿਲਕੁਲ ਇੰਨਾ ਮਤਲਬ ਹੀ ਕੁੱਤਾ ਲੋਸਟ ਓਏ ਲੈ ਲੈ ਹੁਣ ਪਤਾ ਤੂੰ ਦੋਕੇ ਵੱਜਣ ਦੇ ਉਧਰੋਂ ਤੇ ਮੇਰੀ ਲੱਤ ਚਾਹ ਬਣਾਓ ਤੁਸੀਂ ਚੱਲਦੇ ਹਾਂ ਫਿਰ ਲੈ ਵੀ ਮਿੱਤਰਾ ਕੱਲ ਅਸੀਂ ਸ਼ਾਮੀ ਇੱਕ ਸਲਾਹ ਕੀਤੀ ਕਿ ਸਵੇਰੇ ਸਵੇਰੇ ਟਾਲਾ ਸਾਹਿਬ ਜਾਣਾ ਤੇ ਬਾਬੇ ਦੀ ਮੇਰਾ ਰਹਿਮਤਾਂ ਨਾ ਵੇਲੋ ਟਾਈਮ ਸਿਰ ਉੱਠਿਆ ਵੀ ਗਿਆ ਤਿਆਰ ਵੀ ਹੋ ਗਏ ਆ ਤੇ ਟਾਈਮ ਸਿਰ ਚੱਲੇ ਵੀ ਆ ਉੱਥੇ ਮੈਂ 7:30 ਵਜੇ ਦਾ ਟਾਈਮ ਹੋ ਗਿਆ ਜੇ ਸੁੱਖ ਨਾਲ 9:17 9:30 ਇੱਥੋਂ ਤੁਰਨ ਦੀ ਆਸ ਹੈਗੀ ਸਾਨੂੰ ਬਾਬਾ ਚਾਹ ਪੀ ਲਈਏ ਫਿਰ ਨਿਕਲੀਏ ਹੈ ਘੁੱਟ ਘੁੱਟ ਹੈ ਵੀ ਮਿੱਤਰਾ ਜੇ ਧੁੰਦ ਵੀ ਕਹਿੰਦੇ ਘੱਟ ਪਈ ਤੇ ਮੰਨੇ ਲਓ ਚਾਹ ਦੀ ਸੇਵਾ ਨਿਭਾਈ ਜਾਊਗੀ ਨਾਲ ਦੇਸੀ ਘਿਓ ਦਿਖਾਵਾਂਗੇ ਬਿਸਕੁਟ ਅੱਜ ਫੁੱਲ ਹੀ ਚੱਲੂਗਾ ਚੀਟ ਮੀਲ ਹੈਂ ਹੋਰ ਪ੍ਰਧਾਨ ਕਿੱਦਾਂ ਠੀਕ ਠਾਕ ਆ ਹੈਂ ਮੰਨੇ ਚਾਹ ਘੈਂਟ ਜੀ ਤੇਰੀ ਚਾਹ ਦੇ ਮੈਨੂੰ ਕੋਈ ਆਸ ਨਹੀਂ ਸਹੀ ਗੱਲ ਦੱਸਾਂ ਤੂੰ ਅੱਜ ਤੱਕ ਮੇਰੇ ਮੂੰਹ ਕਦੀ ਇਹ ਚੀਜ਼ ਨਹੀਂ ਖਵਾਈ ਇਹ ਚਾਹ ਬੜੀ ਸਵਾਦ ਬਣੀ ਆ ਹੈਂ ਤੇ ਮੈਂ ਸੋਚਾਂ ਚਪਲਾਂ ਮੈਂ ਫਿਲਹਾਲ 'ਚ ਧੋ ਕੇ ਰੱਖ ਕੇ ਆਉਂਦਾ ਵਾਂ ਇਹ ਕੁੜੀਆਂ ਜੀ ਗੰਦੀਆਂ ਕਿੱਦਾਂ ਹੋ ਜਾਂਦੀਆਂ ਇਹ ਕੁੜੀ ਇੱਦਾਂ ਗੰਦੀਆਂ ਹੋ ਜਾਂਦੀਆਂ ਘਰੇ ਪੈਂਦੀਆਂ ਜੀ ਫੜੇ ਗਈ ਉੱਥੇ ਬੂਟ ਨਹੀਂ ਲਾਇਆ ਚਲੋ ਕੋਈ ਨਹੀਂ ਪਾਣੀ ਨਾ ਹੀ ਪਾ ਤਾਂ ਹੀ ਚਾਹ ਤੇਰੀ ਸਵਾਦ ਨਹੀਂ ਪਾਉਂਦੀ ਉਹ ਨਾ ਨਾ ਦੁੱਧ 'ਚ ਪੱਤੀ ਆਉਂਦੇ ਇਹਦੇ ਮਾਤਾ ਮਿੰਦਾ ਉਹਦੀ ਫਿਰਦੀ ਆ ਤੇ ਮੈਂ ਕਮਰੇ 'ਚ ਆ ਗਿਆ ਚੱਲ ਵੀ ਮੰਨੇ ਮਿਣ ਕੇ ਪਾਈ ਲੈ ਇੱਕ ਤਾਂ ਬਰਫ਼ ਜੰਮੀ ਪਈ ਬਾਹਰ ਰੱਖਿਆ ਪਿੱਛੇ ਰੱਖਿਆ ਸੀ ਅੰਦਰ ਹੀ ਬਰਫ਼ ਜੰਮੀ ਇੱਦਾਂ ਨਾ ਪਾ ਫਿਰ ਚਾਹ ਨਹੀਂ ਸਵਾਦ ਬਣੀ ਤੈਨੂੰ ਮੈਂ ਦੱਸਦਾ ਕਿੱਦਾਂ ਬਣੀ ਮਿਣ ਕੇ ਪਾ ਤਿੰਨ ਆਹ ਤਿੰਨ ਗਲਾਸ ਪੌਣੇ ਪੌਣੇ ਨਾ ਪੌਣੇ ਪੌਣੇ ਗਲਾਸ ਪਾ ਮਿਣ ਕੇ ਉੱਨੀ ਕੁ ਪਕਾ ਲੈ ਤਰਿਆ ਕੰਮ ਉੱਨੀ ਕੁ ਪੱਤੀ ਪਾਉਣੀ ਹੈ ਤਿੰਨ ਗਲਾਸ ਪਾ ਦੇ ਮਿਣ ਕੇ ਪੌਣੇ ਪੌਣੇ ਮਿੱਤਰ ਕਹਿੰਦੇ ਤਿਆਰ ਹੋਣ ਲੱਗੀ ਹੈ ਚਾਹ ਹੁਣ ਤੁਸੀਂ ਪੁੱਛੋ ਕੀ ਪਾਇਆ ਵਾ
ਇਹ ਦੱਸੀ ਕਿਉਂ? ਇਹ ਸਭ ਕੁਝ ਦੱਸਤਾ ਤੇ ਫਿਰ ਤੇ ਕੰਮ ਖਰਾਬ ਹੋ ਜਾਣਾ। ਫਿਰ ਤੁਸੀਂ ਸਾਨੂੰ ਕਿੱਥੋਂ ਪੁੱਛਣਾ? ਕੱਢ ਵੀ ਬਿਸਕੁਟ, ਬਿਸਕੁਟ ਕੱਢ ਚਾਹ ਬਣਾ। ਲਾਚੀਆਂ ਪਈਆਂ ਹੋਰ ਨਹੀਂ ਕੁਝ ਪਾਇਆ। ਇਹ ਨਹੀਂ ਦਿਖਣ ਡਿਆ, ਕੱਲੀਆਂ ਲਾਚੀਆਂ ਦਿਖਣ ਡਿਆ ਵਿੱਚ ਨੇ। ਹੋਰ ਦੇਖ ਕੋਈ ਨਹੀਂ ਡਿਆ। ਤੂੰ ਮੈਨੂੰ ਲੱਗ ਗਿਆ ਪਤਾ ਸਾਲਿਆ, ਮਾਤਾ ਕਹਿਣ ਦੀ ਬਾਲਾ ਉੱਥੇ ਆ ਗਿਆ, ਤੁਸੀਂ ਫੋਨ ਤੇ ਲੱਗੇ ਦੋਵੇਂ ਜਾਣੇ। ਆਹ ਵੇਖ ਲਓ ਮਾਤਾ ਨੇ ਚਾਹ ਰੱਖੀ ਗਿਆ ਤੇ ਗਲਤ ਕੀਤਾ ਤੁਸੀਂ ਯਾਰ। ਲੈ ਬੀ ਮਿੱਤਰਾ, ਯਾਰ ਹੋਣੀ ਤੇ ਹੋ ਗਏ ਜੇ ਰੈਡੀ, ਚਾਹ ਜੋ ਪੀ ਲਈ ਜੇ ਤੇ ਗੱਲ ਇੱਦਾਂ। ਮੈਂ ਗੱਡੀ ਕਰਦੀ ਸਟਾਰਟ 10-15 ਮਿੰਟ, ਪੈਰ ਤੁਰਦੇ ਸਹਿਜ ਮਤਲਬ ਨਾਲ ਜਦ ਬਿਸਤਰੇ ਨੂੰ ਮਿਲੀਏ। ਚੱਲ ਵੀ ਰਾਣੀ ਸੁੰਦਰਾ ਚਲੇ, ਅੱਜ ਤੈਨੂੰ ਧਮਾਉਣਾ ਵੀ ਜੇ ਸ਼ਹਿਰ ਨੂੰ ਗਏ ਨਾ, ਨਹੀਂ ਤਾਂ ਫਿਰ ਘਰੇ ਤੇਰੀ ਨਹਾਈ ਧੋਈ ਆਪ ਵੀ ਕਰਾਵਾਂਗੇ। ਠੰਡ ਬੜੀ, ਮੈਂ ਤਾਂ ਨਹੀਂ ਕਰਾਉਂਦਾ, ਮੈਂ ਕਦੇ ਠੰਡ ਦਾ ਬਣਾ ਜੇ ਕਿਤੇ ਰੋਸੀ ਨਾ ਜਾਵੇ ਕਿਤੇ। ਉਹ ਤਾਂ ਸਾਰੇ ਆਂਡੇ ਉਂਡੇ ਖਾਂਦਾ, ਤੂੰ ਕਿਤੇ ਤੁਰਿਆ ਫਿਰਦਾ ਬਾਹਰ ਠੰਡ 'ਚ, ਦੱਸਦਾ ਨਹੀਂ। ਲਾਡੀ ਸਮਝਾਇਆ ਕੁਝ ਇਹਨੂੰ? ਲਾਡੀ ਲੈ ਲਾਡੀ ਠੀਕ ਠਾਕ ਆ? ਠੇਕੇਦਾਰ ਫਿਰਦਾ ਚੌੜਾ ਹੋਵੇ ਕਹਿੰਦੇ, ਕਹਿੰਦੇ ਕੱਲ੍ਹ ਚੌੜਾ ਕੱਲ੍ਹ 40,000 ਪੋਇਆ ਇਹ ਤੂੰ ਮੇਰੇ ਕੋਲ ਹਜੇ ਮੈਂ ਚੌੜਾ ਹੋਏਗਾ ਹੈਂ। ਸ਼ਾਨ ਬੜਾ ਹੀ ਹੈ ਜੀ, ਹੈਗਾ ਵਾ ਸਾਡਾ ਰਿਸ਼ਤੇਦਾਰ ਆ। ਮਾਸੀ ਪੁੱਤ ਕੀ ਪੁੱਤ ਲੱਗਦਾ ਬੜਾ ਤੁਹਾਡਾ? ਕੁੜੀਆਂ ਰਿਸ਼ਤੇਦਾਰੀ ਭੁੱਲੀਆਂ ਫਿਰਦੀਆਂ ਕੰਮ ਧੰਦੇ ਹੈਂ। ਡੂੰਗੀ ਡੂੰਗੀ ਰਿਸ਼ਤੇਦਾਰੀ ਆ, ਸਾਡੀ ਦਾਦੀ ਦੀ ਆ ਅਸਲ ਦੇ ਵਿੱਚ ਹੈਂ। ਆਉਂਦਾ ਨਹੀਂ ਇਹ, ਇਹਨੂੰ ਜਦੋਂ ਕਿਹਾ ਨਾ ਮੈਂ ਬਾਥਰੂਮ ਬਣਾਉਣੇ ਆ, ਉਹ ਥੋੜ੍ਹਾ ਕੰਮ ਹੋਰ ਭੇਜ ਦਿੰਦਾ ਮਿਸਤਰੀ, ਅਤੇ ਬਾਥਰੂਮ ਸਾਲੇ ਅਜੇ ਵੀ ਉੱਥੇ ਖਲੋਤੇ ਜੀ। ਸਾਰਾ ਘਰ ਪੈ ਗਿਆ ਬਾਥਰੂਮ ਏਦਾਂ ਕਿ ਨਹੀਂ ਪੈ ਸਾਡੇ ਕੋਲ ਹੈਂ। ਉਹ ਗੱਲ ਹੋਰ ਕੋਈ ਨਹੀਂ, ਲਾਡੀ ਚਲ ਗਿਆ, ਲਾਡੀ ਜਿਹੜਾ ਉਹ ਚਲ ਗਿਆ ਨਾ ਕੰਮ ਦੇ ਵੇਲੇ, ਚਾਹੀਦਾ ਨਿਬੜ ਜਾਣਾ ਲਾਡੀ ਹੈਂ। ਆਹ ਚਿਹਰਾ ਮੈਨੂੰ ਦਿਖਿਆ ਨਹੀਂ ਕੁੜੀਆਂ 2-3 ਮਹੀਨੇ ਹੈਂ, ਲੇਟ ਹੋ ਗਿਆ ਲਾਡੀ, ਤੇਰੇ ਬਿਨਾਂ ਗੱਲ ਨਹੀਂ ਬਣੀ। ਉਹ ਕੁੜੀਆ ਬਸ਼ੀਰ ਕਰਦਾ ਕੁਛ ਨਹੀਂ ਤੇਰੇ ਬਿਨਾਂ, ਉੱਧਰ ਗਿਆ ਸੀ ਕੁੜੀਆ ਠੰਡ ਬੜੀ ਆ ਤੇ ਹੈਂ। ਲਾਡੀ ਤੂੰ ਚੱਲ ਗਿਆ ਨਾ, ਕਈ ਹੁੰਦਾ ਨਾ ਬੰਦੇ ਦੇ ਪੈਰਾਂ ਪਿੱਛੇ ਹੁੰਦਾ ਕੰਮ, ਉਹ ਪਹਿਲਾਂ ਗੱਲ ਨਹੀਂ ਬਣੀ ਮਿਸਤਰੀ ਕੋਲ ਹੈਂ। ਤੂੰ ਚਾਹੀਦਾ ਇੱਥੇ, ਭਾਵੇਂ ਉਹ ਤੁਰੇ ਫਿਰਦੇ ਰਿਹਾ ਕਰ, ਇੱਥੇ ਵੱਜਾ ਵੱਜਦਾ ਵੱਜਦਾ ਰਿਹਾ ਕਰ, ਕਹਿੰਦਾ ਕੁੰਦਾ ਜੀ ਇਹਨਾਂ ਨੇ ਬੁੱਢੀ ਬੱਢੀ ਪਿੱਛੇ ਚੜ ਗਿਆ ਕਿਤੇ ਹੈ ਲਾਡੀ। ਅੱਛਾ ਵਿਆਹ ਨੀ ਹੈ ਕੁੜੇ? ਸਾਰੇ ਤੁਸੀਂ ਮੇਰੀ ਕੈਟਾਗਰੀ ਦੀ ਭੈਣ ਚੋ ਹੈ, ਦਾਦਾ ਨੀ ਮੈਨੂੰ ਡਿਪਾਰਟਮੈਂਟ ਸਾਰਾ ਇੱਥੇ ਇਕੱਠਾ ਹੋਇਆ ਤੇ ਹੈ। ਕੋਈ ਨੀ ਵਿਆਹ ਵਾਲਾ, ਇੱਕ ਦੋ ਜਣੇ ਵਿਆਹੇ ਭੈਣ ਚੋ। ਉਹ ਬਸ ਪੁੱਤ ਇਹਨੂੰ ਖੁੱਲਾ ਛੱਡਦੇ ਸਾਲੇ ਨੂੰ, ਕੁੜੇ ਪੈਂਥਰ ਤੱਕ ਵਰਜਨ ਤੁਰਿਆ ਫਿਰਦਾ ਰਾਣੀ ਸੁੰਦਰਾ ਚ ਤੀਲ ਪਵਾ ਦੀਏ, ਤੀਲ ਇਹੋ ਜਲਦੀ ਹੁਣ ਆਪਣੇ ਕੋਲ ਯਾਰ। ਅਕਸ਼ੂ ਵੀ ਵਿਆਹੀ ਏ, ਆਹੋ ਯਾਰ ਫੋਨ ਕਰਦਾ ਵੀਰ ਨੂੰ ਭਰਾਵਾ ਬਣਾ ਦੇ, ਇੱਦਾਂ ਦੇ ਸਾਨੂੰ ਇੱਦਾਂ ਦੇ ਸਾਨੂੰ ਸੋਚਣੋ ਪਹੁੰਚ ਗਏ ਟਾਲਾ ਸਾਹਿਬ, ਕਰੀਏ ਗੁਰੂ ਮਹਾਰਾਜ ਦਰਸ਼ਨ ਮਿਲੇ, ਚੱਲਦੇ ਹਾਂ ਪਿੰਡ ਨੂੰ। ਲੈ ਵੀ ਮਿੱਤਰਾ ਗੁਰੂ ਮਹਾਰਾਜ ਦਰਸ਼ਨ ਮਿਲੇ ਕਰ ਲਏ ਜੇ, ਆਨੰਦ ਹੀ ਆ ਗਿਆ ਹੈ। ਲੰਗਰ ਛਕਿਆ ਮਹਾਰਾਜ ਦਾ, ਨਾਲੇ ਕੀਤਾ ਪਾਠ ਹੈ ਨਾ, ਵਾਹਿਗੁਰੂ
ਮਿਹਰ ਕਰੀ ਸਾਰਿਆਂ ਦੇ ਮੇਰਾ ਮਾਲਕਾ। ਮੋਟਰਸਾਈਕਲ ਕਹਿੰਦੇ ਬੰਦੇ ਕਿੰਨੇ ਆਉਂਦੇ ਕੰਮ ਦੇ, ਜਾਂ ਬੰਦੇ ਕਿੰਨੀ ਅੱਜ ਭਲਾ ਕਰਨੇ ਮੇਰੇ ਸਾਹ 20 ਪਲੱਸ ਬੰਦੇ ਹੋਣੇ ਸਾਰੇ ਪਾ ਕੇ। ਲਵ ਮਿੱਤਰਾ ਪਹੁੰਚ ਗਈ ਯਾਰ ਹੁਣੀ ਘਰੇ, ਪੂਰੇ 3-4 ਘੰਟੇ ਲੱਗੇ ਆਪਣੇ ਮੇਰੇ ਸਾਹ, ਹੈ ਨਾ 10 ਵਜੇ ਗਏ ਸੀ ਤੇ 1 ਵਜ ਗਿਆ 10-11-12, 1-3 ਘੰਟੇ ਗੱਡੀ ਬਾਹਰ ਲਾ ਦੀ ਉਤਰੋ ਯਾਰ ਹੁਣੀ ਘਰੇ। ਤੇ ਗੱਲ ਏਦਾਂ ਵਾ, ਕੰਮ ਧੰਦੇ ਕਰਕੇ ਥੋੜ੍ਹਾ ਜਿਹਾ ਵਲੌਗ ਲੇਟ ਹੋਊਗਾ, ਬਣਾਵਾਂਗੇ ਪਰ ਅੱਜ ਹੀ। ਬਸ ਇਹ ਫਟੇ ਲੈ ਕੇ ਆਉਣੇ, ਥੋੜ੍ਹੀਆਂ ਬੱਲੀਆਂ ਸੁੱਟ ਗਈਆਂ ਉਹ ਲੈਣ ਚੱਲੇ ਹਾਂ। ਆਹ ਆਹ ਪਾਣੀ ਕੱਢ ਲੈਣਾ ਗੁਰੂ, ਆ ਕੀ ਬਣਾ ਦਾ ਵੇਲਾ, ਇੱਥੇ ਚੀਜ਼ਾਂ ਸਾਰੀਆਂ ਲਿਬੜ ਲਿਬੜ ਕੇ ਆਉਣੀਆਂ ਹੁਣ। ਹੈਂ ਹੁਣ ਮਾਰ ਸੀਡੀ, ਸੀਡੀਆਂ ਤੇਰੀਆਂ ਕਿੱਥੇ ਗੱਲ ਦੀਆਂ ਬੰਦ ਸੀ, ਮੈਨੂੰ ਪਤਾ ਬੰਦ ਗੱਲ ਦੀਆਂ ਬੰਦ ਹੋ ਗਈਆਂ ਗੱਲ ਦੀਆਂ। ਉਹ ਮੰਨੇ ਮੰਨੇ ਮੈਂ ਬੰਦ ਕਰ ਦੀਆਂ ਸੀਡੀਆਂ, ਹਾਂ ਬੰਦ ਕਰ ਲਾ ਆਂਦਾ, ਮੇਰੀ ਗੱਲ ਸੁਣ ਇਹਦੀ ਸੁਣ ਲੈਂਦੇ, ਚੱਲ ਦੱਸ ਹਾਂ ਤੂੰ ਭਾਵੇਂ ਥਾਰ ਫੜ ਲਾ, ਮੈਂ ਤਾਂ ਵੀ ਲੈ ਜਾਣਾ ਸੀ। ਜਾ ਵੇਖ ਲਾ, ਮੈਂ ਮੈਂ ਮੈਨੂੰ ਕਮੈਂਟ ਪਤਾ ਕੀ ਆਇਆ, ਕਹਿੰਦੇ ਜੇ ਢਿੱਲੋ ਵੀ ਤੂੰ ਟਿਕਟ ਤਾਂ ਤੂੰ ਟਿਕਟ ਤਾਂ ਖਿੱਚ ਲੈ, ਡਰਾਈਵਰ ਦੀ ਗੱਲ ਹੁੰਦੀ ਆ, ਗੱਲ ਸੰਦ ਦੀ ਨਹੀਂ ਆ, ਗੱਲ ਡਰਾਈਵਰ ਦੀ ਆ। ਜਾ ਵੇਖ ਲਾ ਭਾਵੇਂ ਚੋਟੀ ਦਾ ਕਹਿੰਦਾ ਵਾ ਡਰਾਈਵਰ, ਕੱਲ ਤੂੰ ਇੱਥੇ ਨਿਕਿਆ ਨਹੀਂ, ਕੱਲ ਡਰਾਈਵਰ 4 ਤੂੰ ਹੈਗਾ ਸੀ, ਉਹਨੂੰ ਕਿਹਾ ਜਾ ਫਿਰ ਆ ਜਾ ਫਿਰ ਹੈਂ ਫਟ ਲੈ ਚੱਲੇ, ਚਲੋ ਜਲਦੀ ਕਿੰਨਾ ਟਾਈਮ ਲੱਗਣਾ ਉੱਥੇ, ਆਹੋ ਤੇ ਜਦ ਹੀ ਗੱਲ ਤਾਂ ਟਰੈਕਟਰ ਲਾ ਕੇ ਆ ਜਾਓ ਉੱਥੇ, ਆਹ ਅਸੀਂ ਗੱਲ ਲੈ ਰਹੇ ਨੂੰ, ਜਾ ਲਾਓ ਤੁਸੀਂ ਜਾ ਕੇ। ਤੂੰ ਬਾਹਰ ਲੈਣ ਕੀ ਆਉਣੀ, ਤੂੰ ਕੁੱਤਾ ਸਮਝਦਾ ਕੋਈ ਨੀ, ਬੇ ਹੋ ਗਿਆ ਹੁਣ ਮਾੜਾ ਘੋੜਾ ਨੀ ਹੋ ਗਿਆ, ਕੁੱਕੂ ਕੀ ਗੱਲ ਆ ਹੈਂ, ਵੈਰੀ ਬਣਿਆ ਪੂਰਾ ਤੇਰਾ ਏ, ਅੱਜ ਲਈ ਬਾਹਰ ਘਰ ਆਪਣਾ ਪੈਣ ਡਿਆ ਹੈਂ। ਆ ਜਾ ਵੇਖੀ ਮੋਲ ਚੱਲ, ਉਹਨਾਂ ਜਾਲ ਬੰਨ ਤਾ ਉੱਧਰ, ਲੈਂਟਰ ਪੈਣਾ ਪਰਸੋਂ ਦੱਸਦਾ ਨੀ, ਆਹ ਚੈੱਕ ਕਰੀਏ ਸਾਰਾ ਸਾਜ ਸਮਾਨ, ਉਹਨੇ ਸੌਦਾ ਲਿਆ ਕੇ ਦੇਣਾ ਪਰਸੋਂ, ਲੰਗਰ ਲੁੰਗਰ ਬੰਨਾ, ਓਕੇ ਰਿਪੋਰਟ ਕੰਮ। ਆ ਜਾ ਠੰਡ ਮਾਮਾ, ਰਾਤ ਵੀ ਜੁਲੇ ਤੇ ਦਿਨੇ ਵੀ ਜੁਲੇ ਚ ਹੈਂ, ਉੱਠੋ ਮਾੜਾ ਜਿਹਾ ਮੌਕਾ ਨੀ ਖਾਣੀ ਜੇ ਵੇਖ ਲਾ, ਦਾਲ ਬਣੀ ਸਵਾਦ ਗਰਮਾ ਗਰਮ, ਹਜੇ ਵੀ ਮੌਕਾ ਜੀ, ਜੇ ਲਾਗੇ ਬਾਈ ਜੀਬਾਂ ਜਿਹਾ ਮਾਰੇ ਫਿਰ ਨਹੀਂ ਮਿਲਣੀ, ਬਿਲਕੁਲ ਲੈ ਆਹ ਵੇਖ ਲਓ ਚੋਰਾਂ ਨੂੰ ਮੋਰ ਪੈ ਗਏ ਫਿਰ ਬਣਾ ਲੈਣਾ, ਨਹੀਂ ਇਹ ਟਰੈਕਟਰ ਨੂੰ ਦਿਮਾਗ ਖਰਾਬ ਹੋਇਆ, ਇਹਨੇ ਪਤਾ ਕੀ ਕਹਿਣਾ ਟਰੈਕਟਰ ਮੰਗ ਖਾਣ ਗਿਆ ਵਾ, ਕਿੱਥੇ ਤੇਰਾ ਮਾੜਾ ਵਾ ਹੈ, ਮਾੜਾ ਮੋਟਾ ਨਾ ਨਾ ਉਹ ਤਾਂ ਉਹ ਤਾਂ ਕਲੱਚ ਨੀ ਛੱਡਿਆ ਮੈਂ, ਆਹੋ ਚਾਰ ਨਾ ਨਾ ਮੈਂ ਤਾਂ ਉਹ ਤੈਨੂੰ ਕਹਿਣ ਡਿਆ ਨਾ, ਆਪਾਂ ਹੁਣ ਦੋਵਾਂ ਥਾਰਾਂ ਦਾ ਪਾ ਕੇ ਦੇਖਣਾ ਆਪਾਂ, ਸਾਲੇ ਹੋ ਮੇਰੀ ਸੁਣੋ ਗੱਲ, ਟਰੈਕਟਰ ਹੋਰ ਗੱਲ ਹੈ, ਟਰੈਕਟਰ ਕੋਈ ਚੰਗਾ ਦੇਖੋ ਟਰੈਕਟਰ ਮਾੜਾ ਸਾਡਾ, ਪਰ ਉਹਦੇ ਟਰੈਕਟਰ ਪਿੱਛੋਂ ਲੱਗਾ ਆ ਜੀ, ਉਹਨੇ ਲੈ ਜਾਣਾ ਤੂੰ ਗੇ ਟਰੈਕਟਰ ਮਾੜਾ, ਹਰਮਣਾ ਤੜਿਆ ਵਾਲਾ ਬੰਦਾ ਹਰਮਣਾ, ਓਏ ਗੱਲ ਸੁਣ ਤੜਿਆ ਵਾਲਾ ਬੰਦਾ, ਹਾਂ ਕਰੀਏ ਕੋ ਨਾ ਕੋ, ਮੇਰੀ ਜਿਹੜੀ ਬੇਤੀ ਹੋਣ ਦੀ ਗੱਲ ਨੀ, ਉਹ ਕੋਈ ਨੀ ਫਿਰ ਆਪਾਂ ਉਹ ਟਰਾਲੀ ਦਾ ਕੰਮ ਕਰਨਾ ਜਿਹੜਾ ਹੋਇਆ ਨੀ ਉੱਥੇ,
ਅੱਜ ਰੋਟੀ ਖਾਈਏ। ਉਹ ਬਾਹਰਲੇ ਪਾਸੇ ਬੰਨੇ ਉੱਥੇ ਅੱਗ ਲੱਗ ਗਈ, ਉਹ ਟਰਾਲੀ ਦਾ ਕੰਮ ਕਰਨਾ ਹੀ ਆਪਾਂ। ਕੋਈ ਨੀ ਲੈ ਆਵਾਂਗੇ, ਹੌਸਲਾ ਕਰ, ਦੋ ਦਿਨ ਰੁਕੋ। ਗੱਡੀ ਨੇ ਖਿੱਚ ਲਿਆ ਚੱਲ ਮੈਨੇ ਹੈਂ। ਨਹੀਂ ਨਹੀਂ ਕਿੱਥੇ, ਸਮਝ ਤੇ ਮੂੰਹ ਨੀ ਪਾ ਲੱਗਣਾ ਤੈਨੂੰ। ਉਹ ਕਿੱਥੇ ਹੋਊਗਾ, ਉਹ ਯਾਰ ਇਹਨਾਂ ਨੇ ਹੌਸਲਾ ਦੇਣਾ ਹੁੰਦਾ ਸੀ, ਸਾਡਾ ਛੋਟਾ ਭਰਾ ਵਾ ਹੈਂ। ਮੈਂ ਤੈਨੂੰ ਇਹ ਵੀ ਗੱਲ ਕਹੀ ਸੀ, ਕੁੱਤਾ ਛਾਲਾਂ ਕਿੱਦਾਂ ਮਾਰਦਾ, ਕਰਦਾ ਕੁਛ ਨੀ। ਮੇਰੀ ਸਾਰਾ ਦਿਨ ਅੱਗ ਸੇਕਣ ਤੋਂ ਬਿਨਾਂ ਕੰਮ ਹੀ ਕੋਈ ਨਹੀਂ ਇਹਦੇ ਹੈਂ। ਰਗੜਾ ਲਾਉਣਾ ਸੀ, ਰਗੜਾ ਉਹਨੇ ਲਾਇਆ ਅੱਜ, ਦੱਸਦੇ ਨਹੀਂ ਜੇ। ਉਹ ਮੰਨੇ ਰੋਟੀ ਉਹ ਕਰ ਲਿਆ ਕਰੀ ਮਾਮਾ, ਕੁਝ ਦੱਸਦਾ ਨੀ ਹੈਂ। ਮੁੰਡੇ ਲੱਕੜਾਂ ਹੀ ਬਾਲੀ ਜਾਂਦੇ, ਲੱਕੜਾਂ ਹੀ ਬਾਲੀ ਜਾਂਦੇ, ਦੱਸਦੇ ਨੀ। ਗੁਰੂਆ ਮੈਂ ਸੱਚੀ ਦੱਸਾਂ ਨਾ, ਜ਼ਿਆਦਾ ਨਹੀਂ 30-40 ਹਜ਼ਾਰ ਦੀ ਲੱਕੜ ਬਾਲਦੀ ਹੋਣੀ ਇਹਦਾ। ਆਹ ਫੜ ਚਾਬੀ ਰੱਖ ਵਿੱਚ, ਅਤੇ ਬਾਕੀ ਮਤਲਬ ਪਾਰਟੀ ਬਣਨ ਵਾਲੀ ਹੈ, ਥੋੜ੍ਹਾ ਜਿਹਾ ਗੱਲਬਾਤ ਕਰਾਂ ਮੈਂ ਭਰਾਵਾਂ ਦੇ ਨਾਲ, ਅਤੇ ਜਾਣ ਮੇਰੀਏ ਕੰਧਾਂ ਆਪਾਂ ਕਰਾਤੀਆਂ ਇੱਧਰ ਉੱਚੀਆਂ, ਘਰ ਦੀ ਇੱਕ ਹਿਸਾਬ ਵਿੱਚ ਚਾਰ ਦੀਵਾਲੀ ਬਲੀ ਗਈ ਜੀ ਹੁਣ ਹੈਂ। ਅਤੇ ਆਹ ਪਿਛਲੇ ਪਾਸੇ ਤਾਂ ਬਹੁਤ ਨੀਵਾਂ ਕੰਮ, ਇਹ ਪਾਸੇ ਆਪਾਂ ਇੱਧਰੋਂ ਹਜੇ ਮਿੱਟੀ ਹਜੇ ਖਰੋਚਾਂਗੇ ਥੋੜ੍ਹੀ ਜੀ, ਆਹ ਜ਼ਿਆਦਾ ਮਿੱਟੀ ਪੈ ਗਈ ਹੈ। ਆਹ ਪਾਸਾ ਅਤੇ ਪਰਲਾ ਪਾਸਾ ਇੱਕੋ ਬਰਾਬਰ ਕਰਨਾ, ਕੱਲ੍ਹ ਵਿੱਚ ਰਹਿ ਗਈ ਕੋਈ ਭਰਾ ਮਿਲਣ ਵਾਸਤੇ ਆ ਗਏ ਸੀ, ਅਤੇ ਅੱਜ ਸਵੇਰ ਦਾ ਇਹੋ ਕੰਮ ਹੀ ਰਿਹਾ। ਚੱਲ ਸੋ ਚੱਲ ਹੀ ਅੱਜ ਕਿ ਹੈਗਾ ਐਤਵਾਰ ਹੀ, ਅਤੇ ਅਸੀਂ ਟਾਲਾ ਸਾਹਿਬ ਤੋਂ ਘਰ ਆਏ, ਕੋਈ ਨਾ ਕੋਈ ਭਰਾ ਮਿਲਣ ਵਾਲੇ ਆਉਂਦੇ ਰਹੇ ਹੈ ਨਾ। ਅਤੇ ਬਾਕੀ ਮਿੱਤਰੋ ਲੈਂਟਰ ਦੀ ਹੋ ਗਈ ਫੁੱਲ ਬਟਾ ਫੁੱਲ ਤਿਆਰੀ, ਥੋੜ੍ਹਾ ਬਹੁਤਾ ਕੰਮ ਰਹਿ ਗਿਆ। ਮੰਨੇ ਚੱਲੀਏ ਮਾੜਾ ਉੱਤੋਂ ਵੇਖੀਏ ਯਾਰ, ਤੁਸੀਂ ਗੁਰਾ ਕੁਛ ਨਹੀਂ ਕਰਦੇ ਰੋਟੀ ਚੁੱਕਾ ਨਿੱਕੇ, ਕੱਲੀ ਆ ਗਈ ਸਿੱਖਣੀ ਆਪਾਂ, ਸਰਪੰਚ ਕਿੱਥੇ ਆ। ਚੱਲ ਆ ਜਾ ਫਿਰ ਕੋਠੇ 'ਤੇ ਵੇਖ ਕੇ ਜੀ, ਜਾਲ ਜਲੋ ਬੰਨਿਆ ਗੁਰੂਆ, ਕਿਤੇ ਕੰਮ ਧੰਦਾ ਵੇਖ ਲਿਆ ਕਰੋ, ਘਰ ਆਪਣਾ ਪੈਣ ਡਿਆ ਕਿ ਬਗਾਨੇ ਬੰਦੇ ਥੋੜ੍ਹੀ ਪੈਣ ਡਿਆ। ਤੁਸੀਂ ਲੇਟੀਆਂ ਮਾਰਨੀਆਂ ਥੱਲੇ ਬਾਅਦ 'ਚੋਂ ਜਿਹੜੇ ਪਿੱਛੇ ਕਮਰੇ ਬੰਨੇ ਹੈ। ਚਲੋ ਮੈਂ ਤਾਂ ਲੈਂਟਰ ਦੀ ਫੁੱਲ ਬੜਾ ਫੁੱਲ ਤਿਆਰੀ, ਪਰ ਇੱਕ ਚੀਜ਼ ਮੈਂ ਵੇਖੀ ਹੈ, ਸ਼ਟਰਿੰਗ ਦਾ ਕੰਮ ਬਹੁਤ ਜ਼ਿਆਦਾ ਔਖਾ। ਅਸੀਂ ਆਪਣੇ ਮਿਸਤਰੀਆਂ ਨੂੰ 10 ਦਿਨ ਹੋ ਗਏ ਘੁਲਦੇ ਵੇਖਣ ਡੇ ਹਾਂ, ਅਤੇ ਬੜੀ ਮਿਹਨਤ ਕਰਨ ਡੇ ਵਿਚਾਰੇ। ਸਹੀ ਗੱਲ ਦੱਸਾਂ ਨਾ, ਬੜੀ ਮਿਹਨਤ ਲੱਗਦੀ, ਬੜੀ ਮਿਹਨਤ ਨਾਲ ਘਰ ਬਣਦੇ ਆ। ਇਹ ਚੀਜ਼ ਹੁਣ ਮੈਂ ਫੀਲ ਕੀਤੀ, ਦੰਦ ਕੱਢਣੇ ਬੜੇ ਸੌਖੇ ਇਹਨਾਂ ਨੂੰ। ਮੈਂ ਦੱਸਣਿਆ ਜਾਣ ਬੜਾ ਕੰਮ ਔਖਾ ਹੀ, ਸੈਨ ਤਾਂ ਕਰ ਲਿਆ, ਜੇ ਕਦੇ 19 ਹੋਈ ਤਾਂ ਬਾਅਦ 'ਚ ਤੈਨੂੰ ਡਾਉਣਾ ਬੜਾ ਹੀ ਅਗਲਿਆਂ ਨੇ, ਤੈਨੂੰ ਬੱਲੀ ਵੀ ਨੀ ਫਿਰਨੀ। ਮੈਂ ਤੈਨੂੰ ਇਹੋ ਗੱਲ ਦੱਸਣਾ ਕਿ ਬਈ ਸੱਚੀ ਦੱਸਾਂ ਨਾ, ਕਿ ਬੜਾ ਕੰਮ ਔਖਾ ਜੇ, ਬੜੀ ਮਿਹਨਤ ਲੱਗਦੀ ਤੇ ਬੜੀ ਮਿਹਨਤ ਨਾਲ ਘਰ ਬਣਦੇ ਜੇ। ਤੇ ਬਾਬਾ ਸੁੱਖ ਰੱਖੇ ਸਾਰਿਆਂ ਨੂੰ, ਚੜ੍ਹਦੀ ਕਲਾ 'ਚ ਰੱਖੇ ਆਪਣੀਆਂ ਤੇ ਇਹੋ ਹੀ ਆ ਦੁਆਵਾਂ ਸਾਰੇ ਭਰਾਵਾਂ ਲਈ ਜਿਹੜੇ ਸਾਨੂੰ ਵਹਿੰਦੇ ਆ, ਕਿ ਸਾਰੇ ਆਪੋ ਆਪਣੇ ਪੈਰਾਂ 'ਤੇ ਸਟੈਂਡ ਹੋਣ। ਚੱਲ ਬਈ ਹੈਂ, ਉਹ ਪਾਸੇ ਦਾ ਕੰਮ ਆ ਜੀ ਆਪਾਂ ਰਕਾਇਆ ਵਾ, ਫਿਲਹਾਲ ਇੱਧਰ ਲੈਂਟਰ ਪਾਵਾਂਗੇ, ਉਸ ਤੋਂ ਬਾਅਦ ਵੇਖਾਂਗੇ ਕੀ ਮਾਹੌਲ ਬਣਦਾ। ਅਤੇ ਫਿਲਹਾਲ ਕੋਠੇ 'ਤੇ ਜਾਲ ਬੰਨਤਾ ਆ, ਜਾ ਕੇ ਵੇਖੀਏ ਕੀ ਮਾਹੌਲ ਚਾਲਿਆ ਉੱਪਰ ਹੈਂ। ਅੱਜ ਰਗੜੇ ਵਾਲਾ ਵਲੌਗ ਨਹੀਂ ਬਣਾਇਆ ਗਿਆ ਮਿੱਤਰੋ, ਬਣਾਉਣ ਦਾ ਨਾ ਕਾਰਨ ਇਹ ਸੀ ਕਿ ਇੱਕ ਤਾਂ ਅਸੀਂ ਗੁਰਦੁਆਰਾ ਸਾਹਿਬ ਗਏ, ਉੱਥੋਂ ਲੇਟ ਆਏ, ਉਹ ਤੋਂ ਬਾਅਦ ਘਰ ਆ ਗਏ ਵੀਰ ਭਰਾ ਮਿਲਣ ਵਾਲੇ ਆ ਗਏ, ਫਿਰ ਟਾਈਮ ਹੀ ਨਹੀਂ ਲੱਗਾ ਬਿਲਕੁਲ ਹੀ। ਕੀ ਕਹਿੰਦੀ ਮਾਤਾ? ਹਾਂਜੀ ਇੱਥੇ 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 ਮਾਤਾ ਵੇਖੋ ਹੁਣ ਕੀ ਮੇਰੇ ਹਿਸਾਬ ਨਾਲ, ਇਹ ਸਵੇਰੇ ਪੁੱਛਾਂਗੇ ਜਾਂ ਨਕਸ਼ੇ ਵੇਖੂੰਗਾ, ਆਰਕੀਟੈਕਟ ਭਾਅ ਜੀ ਨੇ ਆਉਣਾ ਸਵੇਰੇ, ਉਹਨਾਂ ਕੋਲ ਪੁੱਛਾਂਗੇ ਕਿ ਨਕਸ਼ੇ ਦੇ ਵਿੱਚ ਇੱਥੇ ਕੀ ਹਿਸਾਬ ਕਿਤਾਬ ਆ। ਇੱਥੇ ਮੇਰੇ ਨਾਲ ਕੰਧ ਹੋਣੀ ਹੋ ਕੰਧ ਆ ਨਾ, ਇੱਥੇ ਇੱਥੇ ਕੰਧ ਜਾਣੀ ਆ, ਉਹ ਸਾਹਮਣੇ ਉਹ ਪਰਲੇ ਪਾਸੇ ਬੰਨਣਾ ਢੱਠ ਕੇ, ਇੱਥੋਂ ਕੰਧ ਜਾਣੀ ਸਿੱਧੀ ਉੱਧਰ ਨੂੰ, ਉੱਥੇ ਕਮਰੇ ਨਹੀਂ ਪੈਣੇ,
ਉੱਥੇ ਕਮਰੇ ਪੈਣੇ, ਇੱਥੋਂ ਕੰਧ ਜਾਣੀ ਤਾਂ ਮੱਥਾ ਪਿੱਛੇ ਰੱਖਿਆ, ਲੈਂਟਰ ਨਾਲ ਲੈਂਟਰ ਜੋੜਨਾ ਆ ਬਸ, ਇਕੱਲਾ ਗੇਟ ਖੁੱਲ੍ਹਣਾ ਇੱਥੋਂ, ਇੱਥੋਂ ਗੇਟ ਖੁੱਲ੍ਹ ਜਾਣਾ ਵਾ, ਉੱਧਰ ਫਿਰ ਕਮਰੇ ਪੈ ਜਾਣੇ ਪਰਲੇ ਪਾਸੇ, ਇੱਥੇ ਜਿੱਥੇ ਹੋਣੇ ਆ। ਹਾਂ ਨਾ ਵਿਚਕਾਰ ਨਹੀਂ, ਫਿਰ ਉਹ ਪਿਆ ਖਰਾਬ ਹੋਣਾ ਸੀ ਆਪਣਾ ਤਾਂ ਕਰਕੇ। ਲੈ ਵੀ ਮਿੱਤਰਾ ਪਲੈਨਿੰਗ ਬਹੁਤ ਚੇਂਜ ਕਰਨੀ ਪਈ ਆਪਾਂ ਨੂੰ, ਪਹਿਲਾਂ ਪਿਆ ਜਿੱਥੇ ਉਹ ਏ ਸੀ ਲੱਗਾ ਨਾ ਉੱਥੇ ਆਉਂਦਾ ਸੀ, ਉਹ ਜਗ੍ਹਾ ਦੇ ਸੈਂਟਰ 'ਚ ਗੇਟ ਕੱਢਣਾ ਸੀ, ਹੈਂ ਹਾਂ ਛੱਤ ਦੇਣੀ ਹੈ, ਅਤੇ ਹੁਣ ਗੇਟ ਆਪਾਂ ਇੱਥੇ ਰਹਿਣ ਤਾਂ ਇਹ ਪਾਸੇ ਕਮਰੇ ਆ ਗਏ ਪਰਲੇ ਪਾਸੇ। ਸ਼ੈੱਡ ਤਾਂ ਮੈਨੂੰ ਬੜੇ ਜਾਣੇ ਪੁੱਛਦੇ ਕਿ ਤੁਸੀਂ ਤਾਂ ਸ਼ੈੱਡ ਪਾਇਆ ਸੀ ਅਤੇ ਤੁਸੀਂ ਦਿਹੜ ਕੱਟ ਦਿੱਤਾ, ਜਾਣ ਮੇਰੀ ਹੈ। ਚਲੋ ਕੁਛ ਚੀਜ਼ਾਂ ਮੈਂ ਵਲੋਗ 'ਚ ਕਦੀ ਦੱਸੀਆਂ ਨਹੀਂ, ਇੱਕ ਵਾਰ ਦੀ ਗੱਲ ਆ, ਟੀਨ ਟੁੱਟ ਕੇ ਗੱਡੀ 'ਤੇ ਵੱਜੀ ਸੀ ਡਰਾਈਵਰ ਦੇ, ਅਤੇ ਸਨਰੂਫ ਸਾਰਾ ਹੀ ਟੁੱਟ ਗਿਆ ਸੀ ਉੱਤੋਂ, ਉਦੋਂ ਮੈਂ ਬੜੇ ਪੈਸੇ ਲਾਏ ਸਨਰੂਫ 'ਤੇ, ਤਾਂ ਕਰਕੇ ਉਸ ਚੀਜ਼ ਤੋਂ ਮੈਂ ਡਰਦਾ। ਹੁਣ ਲੈਂਟਰ ਪਾਉਣਾ ਮਨਜ਼ੂਰ ਆ, ਹੈ ਨਾ, ਔਖੇ ਸੌਖੇ ਹੋ ਕੇ ਪਾਲਾਂਗੇ, ਅਤੇ ਤਾਂ ਕਰਕੇ ਆ ਤਾਂ ਹੀ ਜਾਲ ਜਾਲ ਵਾਲਾ ਕੰਮ ਤਾਂ ਨਿਬੇੜ ਗਏ ਵੈਸੇ ਮੈਂ ਸਾਰਾ, ਹੈ ਨਾ। ਅੱਛਾ ਠਾ ਨਾ ਪਵੇ, ਲੈ ਵੀ ਮਿੱਤਰਾ ਲੈਂਟਰ ਦੀ ਫੁੱਲ ਬੜਾ ਫੁੱਲ ਤਿਆਰੀ ਹੋ ਗਈ ਜੇ, ਨਹੀਂ ਲਾਉਣਗੇ ਕਿਸ ਹਿਸਾਬ ਨਾਲ, ਡਾਈ ਨੇ ਚੁੱਕਣਗੇ, ਕਿੰਨਾ ਚੁੱਕਣਾ ਲਾਇਆ ਨਾ, ਉਦਾਂ ਚੁੱਕ ਕੇ ਲਾਉਣਗੇ ਆਪਣੇ ਹਿਸਾਬ ਨਾਲ, ਕਿਉਂਕਿ ਜਮਾਂ ਥੱਲੇ ਕਰਤਾ ਤੇ ਫਿਰ ਤੇ ਔਖਾ ਹੋਣਾ। ਹਾਂ ਤਾਂ ਹੀ ਤੇ ਉਹਨਾਂ ਨੇ ਉਹ ਜਗਾੜ ਲਾਇਆ ਥੱਲੇ ਪਾਸੇ, ਜਿੱਦਾਂ ਪਰਲੇ ਪਾਸੇ ਨੀ ਉਹ ਪਰਲੇ ਘਰ ਦੇ ਪਰਲੇ ਪਾਸੇ ਉਦਾਂ ਦੀ, ਉਹ ਬਾਅਦ ਚ ਬਣਾਈ ਨਾ ਮੋਡਲਿੰਗ, ਇਹ ਨਾਲ ਹੀ ਬਣ ਜਾਣੀ। ਸਮਝ ਨੂੰ ਕਰ ਫੋਨ ਯਾਰ, ਉਹਨੂੰ ਕਿਹਾ ਯਾਰ ਇੱਦਾਂ ਨਾ ਕਰਨਗੇ, ਇੱਦਾਂ ਨਾ ਕਰਿਆ ਕਰ ਯਾਰ, ਇੱਦਾਂ ਨਾ ਕਰਿਆ ਕਰ। ਮੈਂ ਪੜ੍ਹਨ ਦੇ ਸੀ ਕੋਠੇ 'ਤੇ ਆ ਗਏ ਪੜ੍ਹਨ ਦੇ ਕੋਠੇ 'ਤੇ, ਕਹਿੰਦੇ ਥਾਰ ਥਾਰ ਹੀ ਆ ਅਤੇ ਬਾਕੀ ਗੱਲ ਡਰਾਈਵਿੰਗ ਦੀ ਹੁੰਦੀ ਆ। ਗੱਲ ਇੱਦਾਂ ਵਾ ਕਿ ਸਰਪੰਚ ਦੀ ਅਸੀਂ ਦੋ ਚਾਰ ਦਿਨ ਹੁਣ ਨਾ ਉਹਦਾ ਖੇੜਾ ਥੋੜ੍ਹੀ ਛੱਡਣਾ, ਜਦੋਂ ਜੀ ਕਹਦਾ ਗੱਲ ਫੜ ਲਈਦੀ ਤਾਂ ਸਰਪੰਚ ਨੇ ਕੱਚੇ ਜਿਹਾ ਪੈਂਦੇ ਆ। ਹੈਂ ਅਸਲ 'ਚ ਨਾ ਸਰਪੰਚ ਨੂੰ ਇਹ ਸੀ ਕਿ ਟਰਬੋ ਲੱਗਾ ਤਾਂ ਟਾਈਟਰ ਲੈ ਨਹੀਂ ਧੂ ਗਏ, ਉਹਨੇ ਗੇਅਰ ਪਾ ਲਿਆ ਵੱਡਾ ਹਾਈ ਹਾਈ ਜੀ, ਉਹ ਜਦੋਂ ਇੱਕਦਮ ਕਲਾਸ ਛੱਡਦਾ ਟਾਈਟਰ ਸਲਿੱਪ ਕੱਢ ਜਾਂਦਾ ਸੀ, ਉਹਨੇ ਚੋਂ ਥਾਰ ਧੂਏ ਲੈ ਜਾਂਦੀ, ਜੇ ਉਹ ਮਜ਼ੇ ਮਜ਼ੇ ਟਾਈ ਕਲਾਸ ਛੱਡਦਾ ਨਾ ਭਾਵੇਂ ਟਾਈਟਰ ਉਹ ਬ੍ਰੇਕ ਮਾਰ ਕੇ ਉਹ ਕਲਾਸ ਛੱਡ ਲੈਂਦਾ ਨਿੱਕਾ ਗੇਅਰ ਪਾ ਕੇ, ਟਾਈਟਰ ਤਾਂ ਵੀ ਲੈ ਨਹੀਂ, ਸਰਪੰਚ ਦਾ ਆਪਾਂ ਸਰਪੰਚ ਦਾ ਆਪਾਂ ਵੀ ਕੰਮ ਕਰਨਾ ਕਿਹਾ, ਸਰਪੰਚ ਨੂੰ ਕਹਿਣਾ ਤੂੰ ਥਾਰ ਚਲਾ, ਟਰੈਕਟਰ ਦੇ 5 ਰਾਊਂਡ ਖੇਡਣੇ ਆਪਾਂ ਮੰਨੇ, ਫਿਰ ਵੇਖਾਂਗੇ ਡਰਾਈਵਰ ਚੇਂਜ ਕਰਕੇ। ਹੈ ਹੈ ਸਟਿੱਕਰ ਲਵਾਇਆ ਮਨੀਸ਼ ਵਾਲਾ, ਉਹ ਅੱਜ ਵੇਖਿਆ ਜੀ ਅਸੀਂ ਵੀ, ਇੱਕ ਅੱਧੇ ਮੇਰੇ ਸਨ ਵੀਡੀਓ ਚ ਹੈਗਾ ਨਾ ਮੰਨੇ, ਹੁਣ ਧਿਆਨ ਨਾਲ ਉਤਰਿਓ ਮਾੜਾ ਜਿਹਾ, ਕਿਤੇ ਹੋ ਨਾ ਕਾਹਨੂੰ ਗੱਲਾਂ ਆਣ, ਕਦੇ ਕੱਪੜੇ ਲੈ ਲੈਣ ਆਈ ਗਏ ਧੋਤੇ ਪਏ ਉਧਰ, ਹਨਾ ਚੱਲੀਏ ਉਹਨਾਂ ਚਿਰ ਨੂੰ ਆਪਣੇ ਉਹਨਾਂ ਚਿਰ ਨੂੰ ਆ ਜਾਣਾ। ਚਲੋ ਚੱਲ ਮੰਨੇ ਤੂੰ ਫਿਰ ਧਿਆਨ ਨਾ ਹੌਲੀ ਗਰੀ ਕਿੱਡਾ ਲਾ ਡੇਦੀ ਨਹੀਂ ਆਣੀ ਬਣਾਉਣਾ, ਇੱਥੇ ਖਾਲੀ ਕੰਮ ਇੱਥੋਂ ਆ ਸਾਹਮਣੇ ਜਾਣੀ ਨਾ ਕੰਧ ਉਹ ਪਾਸੇ ਨੂੰ, ਉਹ ਡਰੰਮ ਪਾੜਦੇ ਲੱਗਾ ਸਰਪੰਚ ਨੂੰ ਮਾਰੀ ਆਵਾਜ਼ ਮਾੜੀ ਜੀ, ਚਾੜ ਲੱਗਾ ਚੰਦ ਆ ਸਿਟੀ ਦਾ ਕੋਈ ਫਾਇਦਾ ਨਹੀਂ, ਬੰਦ ਕਰਾ ਲਓ ਹੁਣ, ਕੱਲ ਦੇ ਹਾਰ ਗਏ ਆਏ ਬਲਾਗ ਵੇ ਮਾਮਾ ਧੱਕਾ ਅਸੀਂ ਇੱਦਾਂ ਕਰ ਦਿੰਦੇ ਆ, ਦੁਬਾਰਾ ਮੈਚ ਪਾ ਲਿਆ ਭਾਵੇਂ ਕੱਲ ਨੂੰ ਆਹ ਮਾਣੋ।
ਇਹ ਵੇਂਦੀ ਨਹੀਂ ਕਿੱਦਾਂ ਛੱਡਤੇ ਤਿੰਨੇ ਹੀ ਹੈ ਤਿੰਨੇ ਬਲਾਵਾਂ ਛੱਡਤੀਆਂ ਦੀਣੀ ਹੈ ਪ੍ਰਧਾਨ ਉਹਨੇ ਕੱਪੜਿਆਂ ਵਾਲੇ ਬਣੀਆਂ ਵੇਖ ਲਾ ਫਿਰ ਕੋਕੀ ਹਾਂ ਉਹ ਪ੍ਰਧਾਨ ਪੈਂਥਰੂ ਉਹ ਪੁੱਤ ਪੈਂਥਰੂ ਕਿੱਦਾਂ ਫਿਰ ਕਿੱਦਾਂ ਫਿਰ ਆਹ ਪੁੱਤ ਪੈਂਥਰੂ ਆਏ ਹਾਏ ਅੱਜ ਨਹੀਂ ਦਿਵਾਲੀ ਆਈ ਕੋਕੋ ਦੇ ਕੱਲ੍ਹ ਦਾ ਸੂਤਰ ਆਇਆ ਉਹ ਵੀ ਹੁਣ ਹੈ ਪੈਂਥਰੂ ਪੈਂਥਰੂ ਕਿਤੇ ਬੱਲੀ ਜੀ ਨਾ ਵਾਜੀ ਮਾਮਾ ਹੈ ਮੈਂ ਵੀ ਗੈਂਗ ਸਾਰੀ ਅੱਗ ਹੀ ਸਿੱਖੀ ਜਾਂਦੀ ਠੰਡ ਬੜੀ ਬੰਦਾ ਕਰੇ ਵੀ ਕੀ ਹਨਾ ਇਹੋ ਜਿਹੀ ਠੰਡ ਦੇ ਵਿੱਚ ਨਾ ਦਿਨ ਚੜ੍ਹਦੇ ਦਾ ਪਤਾ ਲੱਗਦਾ ਅਤੇ ਨਾ ਦਿਨ ਉਤਰਦੇ ਦਾ ਪਤਾ ਲੱਗਦਾ ਇੱਥੇ ਹੀ ਸਾਰਾ ਦਿਨ ਲੰਘੀ ਜਾਂਦਾ ਸਾਡਾ ਇੱਥੇ ਹੀ ਹੈਂ ਇੱਥੇ ਹੀ ਸਾਰਾ ਦਿਨ ਲੰਘ ਜਾਂਦਾ ਇੱਥੇ ਹੀ ਅੱਗ ਜੀ ਬਾਲ ਕੇ ਉੱਤੋਂ ਤੱਕ ਬਾਹਰ ਨਾ ਆਉਂਦੀ ਗੁਰੂਆ ਸੜਨ ਦੀ ਅਤੇ ਹੋਰ ਮੋਹਲੀ ਹੁੰਦੀ ਹੈ ਦੇ ਗੋਰੀ ਮੋਹਲੀ ਗਲਤ ਨਹੀਂ ਸਮਝਣਾ ਹੋਰ ਕੋਈ ਗੱਲ ਨਹੀਂ ਮੈਨੂੰ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਜਦੋਂ ਨਾਲ ਦੀ ਰੁੱਸੀ ਹੋਵੇ ਨਾ ਤੇ ਹਰ ਇੱਕ ਸਾਈਡ ਸੰਗ ਦਾ ਬੰਦੇ ਨਾਲ ਆਪਣੇ ਆਪ ਲੱਗੀ ਜਾਂਦਾ ਹੁੰਦਾ ਉਹ ਸਪੀਕਰ ਚੈੱਕ ਕਰਨਾ ਹੈ ਤੇ ਕੱਲ ਨੂੰ ਕੱਲ ਦਾ ਬੰਦੇ ਦਾ ਹੋਇਆ ਕਬੱਤ ਮੈਨੂੰ ਲੱਗਣ ਡਿਆ ਹੋਇਆ ਕਿ ਨਹੀਂ ਆਇਆ ਦੱਸ ਮੈਨੂੰ ਨਹੀਂ ਆ ਸੌਂਕ ਉਹ ਕੋਈ ਗੱਲ ਜੀ ਹੋਈ ਆ ਪੱਕੀ ਨਾਲ ਦੇ ਪਤਾ ਨਹੀਂ ਕੋਈ ਕੁੜੀ ਮੈਸੇਜ ਕਰੀ ਜਾਂਦੀ ਹੈ ਇਦਾਂ ਹੀ ਟੈਨਸ਼ਨ ਲਈ ਚਾਹੀ ਲੈਣੀ ਚਾਹੀਦੀ ਹੈ ਯਕੀਨ ਨਹੀਂ ਚਾਹੀਦਾ ਵਾ ਹੈ ਸਾਡੇ ਨਾਲ ਜੋ ਕਰਿਆ ਹੈ ਮਾਸੀ ਕੋਈ ਇਨਵਾਈਟ ਹੀ ਨਹੀਂ ਪਤਾ ਕਿੱਦਾਂ ਕਰੂਗਾ ਗੱਲ ਪਤਾ ਕੀ ਹੁੰਦੀ ਆ ਹੁਣ ਜੇ ਇਹਦੀ ਨਾਲ ਕੋਈ ਮੈਸੇਜ ਕਰੀ ਨਹੀਂ ਕੀਤਾ ਸੱਚੀ ਕਿ ਝੂਠੀ ਆ ਉਹਨੇ ਉਹ ਚਵਾਤੀ ਲਾ ਦੇਣੀ ਉੱਧਰ ਕਪੱਤ ਹੋ ਜਾਣਾ ਤਾਂ ਇੱਦਾਂ ਰਿਸ਼ਤੇ ਖਰਾਬ ਹੋ ਜਾਂਦੇ ਆ ਸੋ ਰਿਸ਼ਤਿਆਂ ਨੂੰ ਜਿੰਨਾ ਪ੍ਰਾਈਵੇਟ ਰੱਖਿਆ ਜਾਵੇ ਪਰਸਨ ਰੱਖਿਆ ਜਾਵੇ ਉਹਨਾਂ ਵਧੀਆ ਰਹਿੰਦਾ ਵਾ ਹੁਣ ਕੱਲ੍ਹ ਤਾਂ ਇਹਨਾਂ ਨੇ ਇੰਨੀ ਟੈਨਸ਼ਨ ਲਈ ਰੋਟੀ ਥੋੜ੍ਹੀ ਖਾਧੀ ਆ ਮੂੰਗਫਲੀ ਖਾਈ ਜਾਣ ਡਿਆ ਦਾਦਾ ਨਹੀਂ ਇਹ ਫਰੀ ਦੀ ਟੈਨਸ਼ਨਾਂ ਹੁੰਦੀਆਂ ਹੈ ਨਾ ਤਾਂ ਕਰਕੇ ਰਿਸ਼ਤਿਆਂ ਨੂੰ ਪਰਸਨ ਰੱਖਣਾ ਚਾਹੀਦਾ ਵਾ ਚਲ ਮਾਰੋ ਜਿੱਦਾਂ ਅਸੀਂ ਮਾਰਦੇ ਹਾਂ ਆਪਣਾ ਆ ਚੱਲੀਏ ਕੱਪੜੇ ਲੈ ਕੇ ਜੀ ਕੱਪੜੇ ਪਏ ਯਾਰ ਬਣਾ ਲੈ ਮੇਰੇ ਕਾਫੀ ਸਾਰੇ ਧੋਤੇ ਪਏ ਇਹਦੇ ਤੇ ਕੱਪੜਿਆਂ ਦਾ ਉਹ ਭਰ ਗਿਆ ਬੈਗ ਜਿਹਾ ਲਾਇਆ ਮੈਂ ਇੱਥੇ ਅਤੇ ਮੈਂ ਹੁਣ ਸਵੇਰੇ ਪਾਉਣ ਨੂੰ ਪਜਾਮਾ ਨਹੀਂ ਕਦੋਂ ਲੈ ਕੇ ਗਈ ਚੱਲ ਚੱਲ ਰਾਣੀ ਸੁੰਦਰਾ ਚੱਲੀਏ ਫਿਰ ਹੈਂ ਕੱਲ੍ਹ ਝੋਟੀ ਨੇ ਇੱਥੇ ਰੱਖ ਲਈ ਮੇਰੀ ਹੈ ਦੱਸ ਦਾਣੀ ਪਰ ਗੱਲ ਡਰਾਈਵਰ ਦੀ ਹੁੰਦੀ ਮੰਨੇ ਸਰਪੰਚ ਕਹਿੰਦਾ ਆਇਆ ਅੱਜ ਮੈਨੂੰ ਕਹਿਣ ਡਿਆ ਕਹਿੰਦਾ ਮੈਂ ਥਾਲ ਚਲਾਉਣੀ ਡੇਟ ਚਲਾਇਓ ਅਤੇ ਆਪਾਂ ਟਰੈਕਟਰ ਦਾ ਕੰਮ ਕਰਨਾ ਆਪ ਤਾਂ ਆਪਾਂ ਥੋੜ੍ਹਾ ਬਿਜੀ ਹਾਂ ਵਿਆਹ ਵੀ ਵੇਖਣੇ ਪੈਣੇ ਆ ਅਤੇ ਹਜੇ ਅੱਜ ਤਗੜੇ ਦਾ ਕੰਮ ਰਹਿ ਗਿਆ ਯਾਰ ਹੈ ਨਾ ਠੰਡ ਬੜੀ ਅਸਲ ਵਿੱਚ ਠੰਡ ਕਰਕੇ ਨਾ ਉਹ ਨਹੀਂ ਬੰਦੇ ਬੜੇ ਲੇਟ ਇਕੱਠੇ ਹੁੰਦੇ ਹੋਰ ਨਹੀਂ ਗੱਲ ਕੋਈ ਮਿੱਤਰੋ ਬਾਬਾ ਸੁੱਖ ਰੱਖੇ ਕੱਲ੍ਹ ਰਗੜੇ ਦਾ ਕੰਮ ਕਰ ਦਾਂਗੇ ਬਾਬਾ ਜੀ ਦੀ ਕਿਰਪਾ ਨਾ ਕੱਲ੍ਹ ਸਾਡਾ ਤਾਂ ਅੱਜ ਬਹੁਤ ਮਨ ਹੈਗਾ ਸੀ ਕਿ ਰਗੜੇ ਦਾ ਵਲੋਗ ਬਣਾਈਏ ਅਤੇ ਪਰ ਅੱਜ ਨਾ ਕੰਮ ਧੰਦੇ ਕਰਕੇ ਇੱਕ ਤੁਹਾਨੂੰ ਪਤਾ ਲੈਂਟਰ ਪੈਣਾ ਸੀ ਉਹਦੇ ਕਰਕੇ ਇੱਧਰ ਭੱਜੇ ਫਿਰਦੇ ਰਹਿ ਹੈ ਨਾ ਕੰਮ ਕੰਮ ਵੀ ਨਾਲ ਕਰਨੇ ਪੈਂਦੇ ਇਹਦੇ ਨਾਲ ਫਿਰ ਤੁਹਾਡੇ ਰੂਬਰੂ ਹੋਣਾ ਪੈਂਦਾ ਹੈ ਨਾ ਠੰਡ ਬੜੀ ਸ਼ਹਿਰ ਜਾਣ ਨੂੰ ਜੀ ਕਰਨ ਡਿਆ ਅਤੇ ਆਉਂਦੀ ਨਾ ਪੈਣੀ ਧੁੰਦ ਤਾਂ ਕਰਕੇ ਕੰਟਰੋਲ ਤਾਰੀ ਕੰਟਰੋਲ ਪਿੰਡ ਪਿੰਡ ਠੀਕ ਹੈ ਆਪਾਂ ਹੈਂ ਅੱਜ ਯਾਰ ਜਿਹੜਾ ਆਪਾਂ ਕੱਲ੍ਹ ਵਲੋਗ ਬਣਾਇਆ ਨਾ ਮੰਨੇ ਬੜੇ ਸੋਹਣੇ ਕਮੈਂਟ ਆਏ ਕਹਿੰਦੇ ਬਾਈ ਨਜ਼ਾਰਾ ਆ ਗਿਆ ਬਾਈ ਨਜ਼ਾਰਾ ਤਾਂ ਆ ਗਿਆ ਇਹ ਕਮੈਂਟ ਘੱਟ ਆ ਉਸ ਹਿਸਾਬ ਨਾਲ ਨਜ਼ਾਰੇ ਵਾਲੇ ਕਮੈਂਟ ਨਹੀਂ ਆਏ ਹੋਰ ਤਕੜੇ ਹੋ ਗਏ ਲੱਗੋ ਹੈਂ ਅਤੇ ਇੱਕ ਟਾਈਮ ਦੀ ਗੱਲ ਹੋਣ ਡੀ ਸੀ ਕਿ ਬਾਈ 11 ਵਜੇ ਵਲੋਗ ਪਾਇਆ ਇਹਦੇ ਸਿਰਾ ਹੀ ਕਰਾਤਾ ਕਹਿੰਦੇ ਰਜਾਈ 'ਚ ਨਿਕਲ ਨਹੀਂ ਲੱਗੇ ਸੀ ਅਤੇ ਵਲੋਗ ਵੇਖਣ ਫਿਰ ਲੱਗ ਪਏ ਸੀ ਅਤੇ ਮੈਂ ਮਿੱਤਰੋ ਕੱਲ੍ਹ ਤੋਂ 11 ਵਜੇ ਆਇਆ ਕਰੂੰਗਾ ਫਿਰ
ਹੋਰ ਮਾਸਾ ਪਹਿਲਾਂ ਆ ਜਾ ਘੰਟਾ ਕੁ, ਪਰ ਲੇਟ ਨਹੀਂ ਕਰਾਂਗੇ ਹੈਂ, ਇਹ ਕੋਸ਼ਿਸ਼ ਸਾਡੀ ਰਹੂਗੀ। ਜਿਸ ਤਰ੍ਹਾਂ ਵਲੋਗ ਨਹੀਂ ਆਊਗਾ ਤਾਂ ਜਮਾਂ ਹੀ ਨਹੀਂ ਆਊਗਾ, ਨਹੀਂ ਤਾਂ 12 ਵਜੇ ਤੋਂ ਪਹਿਲਾਂ ਆ ਜਾਇਆ ਕਰੂਗਾ। ਇਹ ਸਾਡੀ ਹੁਣ ਕੋਸ਼ਿਸ਼ ਰਹੂਗੀ ਮੇਰੇ ਵੀਰੇ, ਕੋਸ਼ਿਸ਼ ਪੂਰੀ ਪੂਰੀ। ਕੋਈ ਨਹੀਂ ਮਾਣਾ ਕੋਈ ਕੀ ਵੇਖਿਆ, ਪਤਾ ਕੀ ਆ ਯਾਰ ਮੇਰੀ ਗੱਲ ਸੁਣ, ਮਾਤਾ ਥੋੜੇ ਕੱਪੜੇ ਫਿਰ ਕਿਹੜੀ ਗੱਲ ਆ, ਚੰਗੀ ਤੂੰ ਕਹਿੰਦੀ ਤੂੰ ਨੌ ਲਿਆ ਕੇ ਦੇਈਏ, ਤੁਸੀਂ ਮੇਰਾ ਵਿਆਹ ਕਰਨ ਫਿਰਦੇ ਜੇ ਤੁਸੀਂ ਹੈ, ਵਿਆਹ ਕਰਾ ਨਾ ਯਾਰ, ਰੋਟੀ ਮੈਨੂੰ ਮਿਲਦੀ, ਲੀੜੇ ਕੱਪੜਾ ਧੋਤਾ ਮਿਲਦਾ, ਲੀੜੇ ਕੱਪੜਾ ਧੋਤਾ ਮਿਲਦਾ ਮੈਨੂੰ, ਤੇਰੇ ਨਾਲ ਜੈ ਸੇਵਾ ਮੇਰੀ ਹੁੰਦੀ ਸਿਆਪਾ ਇਹਨੂੰ ਜੈਸੀ ਹੁੰਦੀ, ਨੌ ਦੀ ਤੈਨੂੰ ਪਤਾ ਨੀ ਆ, ਇਹਨੂੰ ਦਾਲ ਨਾ ਮਿਲਦੀ ਤੇ ਮੈਨੂੰ ਪਨੀਰ ਨਾ ਮਿਲਦੀ, ਤੂੰ ਇਹ ਚੀਜ਼ ਸੋਚ, ਤੈਨੂੰ ਮਿਲ ਕੇ ਪਨੀਰ ਮਿਲਦਾ ਈ ਹੈ, ਤੈਨੂੰ ਉਬਲੇ ਆਂਡੇ ਮਿਲਦੇ, ਮਾਤਾ ਮੇਰੀ ਗੱਲ ਇੱਕੋ ਭੀੜੇ ਪਜਾਮੇ ਤੁਰੇ ਫਿਰਦਾ ਹੁੰਦਾ ਸੀ, ਮੈਂ ਕਦੋਂ ਕਿਹਾ, ਮੈਂ ਵੀ ਕਿਹਾ ਹੁੰਦਾ ਹੀ ਮਾਤਾ, ਇਹ ਅੱਜ ਸੂਤਰ ਆਇਆ ਹੀ ਹੈ ਅੱਜ ਮੇਰੇ ਯਾਰ, ਮਾਤਾ ਮੈਨੂੰ ਮਸਲਾਂ ਦੀ ਖਵਾ ਦੂਗੀ ਨਾ, ਉਹ ਵੀ ਮੈਂ ਖਾ ਲੈਣੀ ਆ, ਪਰ ਇੰਨਾ ਤੂੰ ਸ਼ੁਕਰ ਕਰਾਂਗਾ ਕਿ ਤੈਨੂੰ ਮੇਰੇ ਪਨੀਰ ਮਿਲਦਾ ਹੀ, ਦੁਬਾਰਾ ਅਸੀਂ ਅਸੀਂ ਵਧੀਆ ਪਨੀਰ ਖਾਵਾਂਗੇ ਐਤਕੀ। ਮਾਤਾ ਮੁੱਦੇ ਵਾਲੀ ਗੱਲ ਤੇ ਆਈਏ, ਕੱਪੜੇ ਤੂੰ ਪਹਿਲਾਂ ਧੋਤੇ ਹੋ, ਮੈਂ ਲੈ ਲੱਗਾ ਵਾ ਦੂਜੇ ਕੱਪੜੇ, ਮਸ਼ੀਨ ਮੈਂ ਬਣਦੀ ਵੇਖ ਲਈ ਆ, ਮਸ਼ੀਨ ਬਣਾਉਣ ਡਿਆ ਭਰਾ ਮੇਰਾ, ਕੋਈ ਨੀ ਹਜੇ ਮੇਰੇ ਕੋਲ ਪੰਡ ਕੱਪੜੇ ਤੁਸੀਂ ਧੋਤੀ ਮੈਨੂੰ, ਹਜੇ ਮੇਰੇ ਦਿਨ ਲੰਘਦੇ ਥੋੜੇ ਜਿਹੇ, ਕੋਈ ਨੀ ਹਫ਼ਤਾ ਸਾਰ ਲਓ, ਮੈਂ ਪੈਚੀ ਕੱਪੜਿਆਂ ਧੋਤਾ ਵਾ, ਨਹੀਂ ਮਾਤਾ ਕਹਿ ਮੈਂ ਆਪਣੀ ਪੂਰੀ ਅਜੇ ਦਸ ਦਿਨ ਹਜੇ ਸੈਰ ਕਰਨ ਨੂੰ ਕਾਹਲੀ ਪਈ ਆ, ਧੁੰਦ ਲੱਥਣ ਨੀ ਡਈ, ਕੀ ਚਾਹੀਦਾ ਤੈਨੂੰ, ਓਏ ਮੈਂ ਨਾਲ ਹੀ ਲੈ ਜਾਣਾ ਈ, ਹੈਂ ਵੇਖ ਵੇਖ ਵੇ ਪੈਂਦਾ ਸੀ ਮੈਨੂੰ ਅੱਜ ਆਇਆ ਨੂੰ ਸਾਲਿਆ, ਤੂੰ ਤੇਰਾ ਹਲ ਕੋਕੋ ਵਾਲਾ ਈ, ਤੇ ਤੇਰੇ ਤੇ ਓਏ ਕਿਸੇ ਦਿਨ ਪੈਂਥਰ ਤੇ ਦੂਜਾ ਇਹਨੂੰ ਲੱਗੇ, ਦੋ ਦਿਨ ਖੜੀ ਕਿਸੇ ਦਿਨ ਜਾਣਾ ਪਰਲੇ ਘਰ, ਹੈਂ ਤੇਰੇ ਦੌੜਾ ਵੀ ਕਿੱਦਾਂ ਲਵਾਉਂਦੇ ਹੋ, ਚੰਗਾ ਡਰ ਮਿਲਤੇ ਹੈ ਕੱਲ ਕੋ, ਹੈ ਟਰੈਕਟਰ ਦਾ ਕੰਮ ਕਰਨਾ ਆ ਸਰਪੰਚ ਨਾਲ, ਉਹਦੀ ਕਿਸੇ ਦਿਨ ਨਾ ਤੜਿਆ ਬੜਾ ਟਰਬੁਲ ਵਾ ਕੇ, ਟਰਬੁਲ ਵਾ ਕੇ ਤੜਿਆ ਬੜਾ ਉਹ, ਆਪਣੇ ਤੈਨੂੰ ਬਟਰ ਨੂੰ ਪਿੱਛੋਂ ਲੁਗਾਈ ਦਾ ਦੂਜੇ ਟੇਟਰ ਦੇ, ਹਨਾ 10 ਮਿੰਟ ਸਵਾਦ ਹੀ ਲਵਾਂਗੇ, ਆਹ ਹਫ਼ਤਾ ਕੱਢ ਲਈਏ ਚਾਹੇ ਐਤਵਾਰ ਸਹੀ, ਹਨਾ ਚੰਗਾ ਥਾਰ ਇੱਕ ਆ ਗਈ ਜੇ ਪਰ ਆਈ ਲੇਟ ਜੇ, ਇਹਦਾ ਪਾਉਣਾ ਕਿਸੇ ਟੋਚ ਨਾ, ਇਹਦੇ ਹੈਗੀ ਉਹ ਕਿ ਪਿੱਛੇ
ਇਹਦੇ ਦੂਜਾ ਕੁੰਡਾ ਲਵਾਈ ਨਹੀਂ ਉਹ ਕੁੰਡਾ ਲਵਾਇਆ ਮੈਂ ਅੱਛਾ ਇਹਦੇ ਨਾਂ ਦੀ ਨਾ ਵੇ ਤੇ ਆਵੇ ਆਵੇ ਤੇ ਨਾਂ ਦੀ ਨਾ ਸਾਰਾ ਵੀ ਸਵੈਗਰ ਸਵੈਗਰ ਉਹ ਕਹਿਣਾ ਮੈਂ ਕੁੰਡਾ ਲਵਾਇਆ ਗੱਲਾਂ ਆਹ ਤੋੜ ਦੇਣਾ ਤੁਸੀਂ ਸਾਰਨੇ ਝਾਟੀ ਉਹ ਇਹ ਲੱਥੇ ਅੰਦਰ ਦਾ ਆਪਣੇ ਟੈਟਰ ਨਾਲ ਪਾਇਆ ਪਰ ਝਟਕਾਣਾ ਨਾ ਮਰਾਵੇ ਫਿਰ ਨਹੀਂ ਲੱਥਦਾ ਉਹ ਸਮਾਨ ਕੱਢ ਲਓ ਵਿੱਚੋਂ ਆਪਣੇ ਉਹ ਬੈਗ ਕੱਢੀ ਮੰਨੇ ਉਹ ਧੋਣ ਵਾਲੀ ਜੈਕਟ ਧੋਣ ਵਾਲੇ ਕੱਪੜੇ ਰੱਖ ਦਿਓ ਹੈ ਜਿਹੜੇ ਦੂਜੇ ਕੱਪੜੇ ਨਹੀਂ ਜਿਹੜੇ ਪੈਂਟ ਸ਼ਰਟ ਆ ਉਹ ਧੋਤੀ ਹੋ ਉਹ ਉੱਧਰ ਰੱਖ ਲਿਓ ਲੈ ਵੀ ਝੁੱਟ ਕੇ ਕੈਮ ਹੋ ਜਾ ਆਹ ਹਫ਼ਤੇ ਤੇਰੇ ਨਾਲ ਚੋਜ ਪਾ ਕੇ ਦੇਖਣਾ ਹੈ ਇਹ 20 ਮਾਡਲ ਆ ਅਤੇ ਆਪਣੇ ਲਈ 19 ਮਾਡਲ ਆ ਇਹਨਾਂ ਦੋਵਾਂ ਦਾ ਮੁਕਾਬਲਾ ਕਰਾਉਣਾ ਆਪਾਂ ਕਿਸੇ ਦਿਨ ਲੱਗ ਜੂ ਪਤਾ ਫਿਰ ਇਹਨਾਂ ਦੇ ਜ਼ੋਰ ਦਾ ਹੈ ਕਿ ਪੁਰਾਣੀਆਂ ਦੇ ਵਿੱਚ ਦੋਵਾਂ ਜ਼ਿਆਦਾ ਜ਼ੋਰ ਕੀ ਦੇਖੋ ਇਹਦੇ 5 ਰਾਊਂਡ ਖੇਡਾਂਗੇ ਆਪਾਂ ਕਿਸੇ ਦਿਨ ਯਾਰ ਵੀ ਰਾਣੀ ਸੁੰਦਰਾ ਮੋਲੀ ਪਾਉਣਾ ਹੀ ਪੇਚਾ ਤੇਰੇ ਨਾਲ ਕਿਸੇ ਦਿਨ ਤਗੜਾ ਜਾ 4x4 ਕਰ ਲਿਆ ਤੂੰ ਨੈਗੇਟਿਵ ਸਰਪੰਚ ਵੀ ਬੜੀਆਂ ਸੀਟੀਆਂ ਮਰਾਉਂਦਾ ਟ੍ਰੈਕਟਰ ਦੀਆਂ ਅਸੀਂ ਧੂਆ ਹੀ ਕੱਲ ਚੰਗੀਆਂ ਸੀਟੀਆਂ ਚੰਗਾ ਧੂਆ ਹੀ ਕੱਲ ਇਹਨੂੰ ਅਸੀਂ ਚੰਗਾ ਤੂੰ ਹੁਣ ਕਹਿੰਦਾ ਇਹ ਮੈਂ ਥਾਰ ਚਲਾ ਕੇ ਵੇਖਣੀ ਆ ਤੁਸੀਂ ਟ੍ਰੈਕਟਰ ਤੇ ਮੈਂ ਟ੍ਰੈਕਟਰ ਡਰਾਈਵਰ ਚੰਗਾ ਟ੍ਰੈਕਟਰ ਤੂੰ ਲੈਣਾ ਸੀ ਤੇਰੇ ਕੋਲ ਹਫ਼ਤੇ ਤੱਕ ਕੀ ਪਾ ਦੂਗਾ ਫਿਰ ਕੱਲ ਬਣਾਵਾਂਗੇ ਰਗੜੇ ਵਾਲਾ ਹਨਾ ਕੱਲ ਕੋਈ ਜ਼ਰੂਰੀ ਕੰਮ ਹੈ ਤੇ ਪਰਸੋਂ ਮਿਲਾਂਗੇ ਤੁਹਾਨੂੰ ਲੈਂਟਰ ਵਾਲੇ ਵਲੋਗ ਨਾਲ ਜੇ ਕੱਲ੍ਹ ਵਲੋਗ ਬਣਾਇਆ ਤਾਂ ਕੱਲ੍ਹ ਬਣੂਗਾ ਫਿਰ ਰਗੜੇ ਵਾਲਾ ਹਨਾ ਅਤੇ ਜੇ ਪਰਸ ਕੱਲ੍ਹ ਨਾ ਬਣਾਇਆ ਫਿਰ ਪਰਸੋਂ ਲੈਂਟਰ ਵਾਲਾ ਬਣਾਉਣਾ ਪੈਣਾ ਉਸ ਤੋਂ ਬਾਅਦ ਫਿਰ ਬਣਾਵਾਂਗੇ ਰਗੜੇ ਵਾਲਾ ਇਹ ਵੇਖੋ ਹੁਣ ਕੱਲ੍ਹ ਵਾਲੇ ਵਲੋਗ 'ਚ ਕੀ ਬਣਦਾ ਕਿ ਨਹੀਂ ਬਣਦਾ ਹਨਾ ਅਤੇ ਬਾਕੀ ਜਾਣ ਮੇਰੀਏ ਜਿਹੜੇ ਆਪਾਂ ਟੂਜਨ ਵਾਲੇ ਬਣਾਇਆ ਸੀ ਵਲੋਗ ਉਹਦੇ ਬਹੁਤ ਸੋਹਣੇ ਕਮੈਂਟ ਆਏ ਅਤੇ ਮੇਰੇ ਹਿਸਾਬ ਨਾਲ ਤੁਸੀਂ ਇਹੋ ਜਿਹੇ ਵਲੋਗ ਵੇਖ ਕੇ ਜ਼ਿਆਦਾ ਖੁਸ਼ ਰਹਿੰਦੇ ਹਨਾ ਹਾਸੇ ਮਜ਼ਾਕ ਵਾਲੇ ਹੋ ਗਏ ਜਾਂ ਟੂਜਨ ਵਾਲੇ ਹੋ ਗਏ ਹੋਰ ਜਿਹੜੇ ਆ ਖਿੱਚਾ ਖਿਚਾਈ ਵਾਲੇ ਜਿੱਦਾਂ ਇੱਕ ਵਿੱਚ ਬੜੇ ਕਮੈਂਟ ਆਉਂਦੇ ਕਹਿੰਦੇ ਬਈ ਜਿੱਦਾਂ ਪਿਛਲੇ ਸਾਲ ਪਾਇਆ ਸੀ ਸਾਰਿਆਂ ਨੇ ਰੱਸਾ ਖਿੱਚਿਆ ਸੀ ਇੱਕ ਮੈਂ ਚੀਜ਼ ਸੋਚੀ ਆ ਰੱਸੇ ਵਾਲਾ ਵਲੋਗ ਆਪਾਂ ਕਰਦਾ ਜਿੱਦਾਂ ਆਪਣੇ ਲੈਂਟਰ ਪੈਣਾ ਤੋਂ ਬਾਅਦ ਬੰਦੇ ਆਪਣੇ ਸਾਰੇ ਵਿਹਲੇ ਆਉਣੇ ਨਾ ਬੰਦੇ ਜਿੰਨੇ ਵੀ ਆਪਣੇ ਮਿਸਤਰੀ ਜਿੰਨੇ ਵੀ ਆਪਾਂ ਬੰਦੇ ਨੇ ਘਰ ਦੇ ਵਿੱਚ ਦੋ ਟੀਮਾਂ ਬਣਾ ਕੇ ਨਾਮ ਰੱਖ ਦੇਣਾ ਆਪਾਂ ਅਤੇ ਨਾਮ ਜਿਹੜਾ ਜਿੱਤ ਗਿਆ ਹੈ ਨਾ ਉਹ ਚੀਜ਼ ਮੈਂ ਸੋਚੀ ਸੀ ਉਹ ਕਰਾਂਗੇ ਜਿੱਦਾਂ ਆਪਣੇ ਲੈਂਟਰ ਪੈ ਗਿਆ ਉਸ ਤੋਂ ਬਾਅਦ ਇਹ ਕਰਾਂਗੇ ਅਤੇ ਦੋ ਟੀਮਾਂ ਬਣਾਵਾਂਗੇ ਦੋ ਬਣਾ ਲਈਏ ਤਿੰਨ ਬਣਾ ਲਈਏ ਬਣਾਵਾਂਗੇ ਪਰ ਆਪਣੇ ਬੰਦਿਆਂ ਦੀ ਜਿਹੜੇ ਮਿਸਤਰੀ ਆ ਜਾਂ ਆਪਣੇ ਜਿਹੜੇ ਘਰ ਜਿੰਨੇ ਜਾਣੇ ਆਪਾਂ ਹੁੰਦੇ ਹਾਂ ਅਤੇ ਜਿਹਦੇ ਕਰਮਾਂ 'ਚ ਆਉਣਗੇ ਪੈਸੇ ਜਿਹੜਾ ਮਾਰ ਜੂ ਜ਼ੋਰ ਜ਼ਿਆਦਾ ਅਤੇ ਉਹ ਲੈ ਜੂਗਾ ਅਤੇ ਬਾਕੀ ਜਾਣ ਮੇਰੀ ਇਹ ਬਹੁਤ ਸਾਰਾ ਪਿਆਰ ਦੇ ਰਹੇ ਜੇ ਫਿਰ ਚੈਨਲ ਨੂੰ ਹੈ ਨਾ ਮੈਂ ਅੱਜ ਵੇਖਣ ਡਿਆ ਸੀ ਉਹ ਚਾਰਟ ਜਿਹਾ ਖੋਲ੍ਹ ਕੇ ਵੇਖੀ ਦਾ ਨਾ ਜਿੱਥੇ ਕਿੰਨੇ ਸਬਸਕ੍ਰਾਈਬਰ ਵਧਣ ਡੇ ਇੱਕ ਦਿਨ 'ਚ ਅਤੇ ਹਜੇ ਆਪਾਂ ਇਹ ਕੰਟੈਂਟ ਪਾਉਣਾ ਸ਼ੁਰੂ ਕੀਤਾ ਹੈ ਨਾ ਜਿੱਦਾਂ ਕੱਲ੍ਹ ਜਿਹੜਾ ਕੱਲ੍ਹ ਵਲੋਗ ਬਣਾਇਆ ਸੱਚੀ ਦਿਲੋਂ ਬਣਾਇਆ ਸੀ ਹੈ ਨਾ ਬਾਹਲਾ ਦਿਲ ਉੱਦਾਂ ਚਲੋ ਜੋ ਡੇਲੀ ਰੂਟੀਨ ਹੁੰਦੀ ਹੈ ਸਵੇਰੇ ਉੱਠ ਕੇ ਕੈਮਰਾ ਫੜ ਲਈਦਾ ਜੋ ਡੇਲੀ ਰੂਟੀਨ ਜੋ ਕਰੀਦਾ ਤੁਹਾਨੂੰ ਦੱਸ ਦੇਈਦਾ ਪਰ ਕੱਲ੍ਹ ਜਿੱਦਾਂ ਇਹੋ ਜਿਹਾ ਵਲੋਗ ਜਦੋਂ ਬਣਾਈਦਾ ਜਿੱਦਾਂ ਰਗੜੇ ਵਾਲਾ ਵਾ ਉਹਦੇ ਵਿੱਚ ਪਤਾ ਕਿ ਹੁਣ ਫੰਕਸ਼ਨ ਹੋਣਾ ਉਹ ਵੀ ਦਿਲੋਂ ਜ਼ਿਆਦਾ ਦਿਲੋਂ ਬਣਾਈਦਾ ਹੈ ਨਾ ਅਤੇ ਉਹ ਵੇਖਣਾ ਰੀਚ ਕੇ ਰੋਜ਼ ਦਾ 1000-1200 ਸਬਸਕ੍ਰਾਈਬਰ ਆਪਣੇ ਨਵਾਂ ਜੁੜਨ ਡਿਆ ਅਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਅਤੇ ਜਿਹੜੇ ਪੁਰਾਣੇ ਆਪਣੇ ਨਾਲ ਆ ਅਤੇ ਹੁਣ ਤੱਕ ਜੁੜੇ ਆਏ ਆ ਭਾਵੇਂ ਆਪਣੇ ਵਲੋਗ ਬੰਦ ਕਰ ਲਈਏ ਹੈ ਨਾ ਤਾਂ ਵੀ ਉਹ ਨਾਲ ਹੀ ਜੁੜੇ ਰਹਿੰਦੇ ਹੈ ਨਾ ਵੇਟ ਕਰਦੇ ਰਹਿੰਦੇ ਆ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਹੈ ਨਾ ਅਤੇ ਬਾਕੀ ਸਨੈਪਚੈਟ ਅਤੇ ਇੰਸਟਾਗ੍ਰਾਮ 'ਤੇ ਗੇੜਾ ਮਾਰਦੇ ਰਿਹਾ ਕਰੋ ਜਿੱਦਾਂ ਹੁਣ ਕੱਲ੍ਹ ਵਲੋਗ ਨਹੀਂ ਪਾਉਣਾ ਤਾਂ ਹੀ ਮੈਂ ਕਹਿੰਦਾ ਕਿ ਸਨੈਪਚੈਟ 'ਤੇ ਜਿਹੜੇ ਬੰਦੇ ਐਡ ਆ ਉੱਥੇ ਕੁਛ ਨਾ ਕੁਛ ਪਾਉਂਦੇ ਰਹੀਦਾ ਹੈ ਨਾ ਉੱਥੇ ਵੀ ਐਡ ਕਰਕੇ ਰੱਖੋ ਅਤੇ ਜਦੋਂ ਆਹ ਵਲੋਗ ਖਤਮ ਹੋ ਜਾਂਦਾ ਇਹਦੇ ਐਂਡ 'ਤੇ ਮੈਂ ਸਨੈਪਚੈਟ ਦਾ ਸਕਰੀਨਸ਼ੋਟ ਇੰਸਟਾਗ੍ਰਾਮ ਦਾ ਸਕਰੀਨਸ਼ੋਟ ਪਾਇਆ ਹੁੰਦਾ ਕਿ ਤੁਹਾਨੂੰ ਆਈ ਡੀ ਲੱਭਣ 'ਚ ਦਿੱਕਤ ਨਾ ਆਵੇ ਅਤੇ ਸੋ ਮੇਰੀ ਜਾਣ
ਉੱਥੇ ਫੋਲੋ ਕਰਕੇ ਰੱਖੋ ਅਤੇ ਮਿਲਦੇ ਹਾਂ ਕੱਲ੍ਹ ਨਵੇਂ ਵਲੌਗ ਦੇ ਨਾਲ। ਬਾਏ ਬਾਏ, ਜਿਹਦੇ ਵਾਸਤੇ ਰਹੋ ਅਤੇ ਨਜ਼ਾਰੇ ਲਓ।